ਉਹ ਆ ਰਿਹਾ ਇੱਕ ਜਿਹੜਾ ਰਹਿ ਹੁਣ ਤਾਂ ਐ ਮੇਰਾ ਸਾਲਾ ਹੁਣ ਤਾਂ ਯਾਰ ਜੀ ਨਹੀਂ ਕਰਦਾ ਯਾਰ ਇਸ ਲਾਣ ਨੂੰ। ਕਿਉਂ ਕੀ ਗੱਲ ਹੋ ਗਈ? ਆ ਲੱਤਾਂ ਨਾਲ ਲਹੂ ਪੀ ਰੱਖੇ ਕੁਛ ਤਾਂ ਕੁਛ ਮੇਰੇ ਫਾਲਕਣੀਆਂ ਸਰਕਾਰਾਂ ਨਹੀਂ ਕੁਛ ਕਰਦੀਆਂ ਹੈਗੀਆਂ ਯਾਰ। ਸਾਡੀਆਂ ਵੀ ਦੁਖਦੀਆਂ ਨੇ ਯਾਰ। ਹੋਰ ਉਹ ਮੇਰੇ ਜਿੰਨੀਆਂ ਨਹੀਂ ਦੁਖਦੀਆਂ ਹੈਗੀਆਂ ਫਿਰ ਤੁਹਾਡੀਆਂ। ਉਹ ਜਿੰਨਾ ਆਪਾਂ ਵਰਕਰ ਆ ਉਨੀ ਦੁਖੂਗਾ ਹੁਣ ਸਰੀਰ ਤਾਂ। ਉਹ ਯਾਰ ਲੱਗਦੀ ਨਹੀਂ ਹੈਗਾ, ਰੂਹ ਹੀ ਨਹੀਂ ਕਰਦੀ ਲਾਉਣ ਨੂੰ। ਹੋਰ ਕੋਈ ਮਨ ਮਾਰ ਕੇ ਤਾਂ ਲਾਉਣਾ ਪਊਗਾ ਯਾਰ ਹੁਣ ਰੇਸ਼ਨ। ਹੁਣ ਐ ਘਰੇ ਬੈਠੇ ਵੀ ਨਹੀਂ ਸਰਦਾ, ਹੋਰ ਕੋਈ ਚਾਰਾ ਵੀ ਨਹੀਂ ਹੈਗਾ। ਉਹ ਤਾਂ ਹੀ ਤਾਂ ਲਾਈ ਜਾਂਦੇ ਆ ਯਾਰ। ਆ ਦਹੀਂ ਵਾਈ ਤੇਜੂ ਪਾਣੀ ਯਾਰ। ਪੰਗਾ ਹੋ ਰਿਹਾ ਯਾਰ ਭੈਣ ਦੀ, ਨਾ ਕੋਈ ਹੋਰ ਕੰਮ ਕਰ ਸਕੀਏ, ਇੱਧਰ ਫਿਰੀ ਜਾਂਦੇ ਆ। ਪਹਿਲਾਂ ਪੇਪਰ ਕੈਂਸਲ ਹੋ ਗਏ ਸਾਰੇ ਮੁੰਡਿਆਂ ਦਾ ਭੈਣ। ਹੋਰ ਯਾਰ ਇੱਕ ਆ 4 ਸਾਲ ਹੀ ਕਰਤੀ, ਕਰਾਂ ਹੀ ਕੀ 4 ਸਾਲ ਜਾ ਕੇ। ਚੱਲ ਹੁਣ ਹੋਰ ਕੋਈ ਹੈ ਵੀ ਨਹੀਂ ਹੱਲ। ਉਹ ਕਿਹੜਾ ਹੁੰਦਾ ਜੁੱਟ ਤਿਆਰ ਹੋਇਆ, ਪੈਂਟ ਪਾਈਆਂ ਦਾ ਦੇਖੀ ਗਰਮੀ 'ਚ। ਤਾਂ ਸੁੱਖੀ ਹੈ। ਕਿਹੜਾ ਸੁੱਖੀ? ਸੁੱਖੀ ਕਿਹੜਾ ਹੋਏ? ਆਉਂਦਾ ਯਾਰ ਦੇਖਦੇ ਆ ਗਰਮੀ ਚ ਬੂਟ ਕਸੀ ਫਿਰਦਾ, ਮੇਰਾ ਖਾਲਾ ਪੈਂਟ ਪਾਈ ਫਿਰਦਾ। ਲੈ ਫੁਕਰਾ ਹੁਣ ਹੋ ਗਈ, ਇੱਧਰ ਹੀ ਆਉਂਦਾ ਹੈ, ਇੱਧਰ ਹੀ ਆਉਂਦਾ। ਚੱਲ ਕੋਈ ਗੱਲ ਨਹੀਂ, ਆ ਜਾਣਗੇ। ਪੂਰੀ ਆਂਦਾ ਹੁਣ ਆਪਣੇ ਲਵੇ ਦੋਸਤ ਹੈ ਤੇਰਾ, ਜਾਣ ਪਛਾਣ ਹੈ ਆਪਣੀ। ਓ ਅੱਛਾ, ਕੋਈ ਨਹੀਂ। ਲਓ ਉਧਰ ਰੱਖਦਾ ਪਾਣੀ ਯਾਰ, ਦੇ ਦੇ ਘੁੱਟਾਂ। ਲੈ ਤੂੰ ਵੀ। ਗਰਮੀ ਬਹੁਤ ਹੋ ਰਹੀ ਹੈ ਯਾਰ। ਹੋਰ ਬਾਈ ਸੁੱਖੀ ਕਿਵੇਂ ਆ? ਆ ਜਾ ਉੱਪਰ ਆ ਜਾ। ਉਹ ਬੁਲਾ ਲਿਆ ਭੈਣ ਦਾ ਯਾਰ ਨੇ, ਟਲਿਆ ਨਹੀਂ ਗਿਆ। ਇਹ ਵੀ ਗੋਰ ਖਾਇਆ ਟਲਦਾ ਨਹੀਂ। ਉਹ ਹੀ ਮਰੀ ਜਾਊ, ਪਕਾਈ ਉਰੇ ਭੈਣ ਦੀ। ਦੇਖੀ ਫੜਾ ਮਾਰੂਗਾ। ਹੋਰ ਹੋਰ ਕੀ? ਹੋਰ ਕਿਵੇਂ ਬਾਈ? ਕਿੱਦਾਂ ਬਰੋ? ਵਧੀਆ ਆ ਭੈਣੇ। ਆ ਹੋਰ ਕਿਵੇਂ ਬਾਈ? ਵਧੀਆ ਬਰੋ। ਹੋਰ ਬਾਈ ਕੀ ਹਾਲ ਹੈ? ਵਧੀਆ ਵਧੀਆ। ਮੈਂ ਸੁੱਖੀ ਬੈਠੇ ਬਸ। ਬਾਈ ਯਾਰ ਕੋਈ ਗੱਲ ਨਹੀਂ, ਬੈਠੇ ਕੋਈ ਨਾ। ਹੋਰ ਆਈਲੈਟਸ ਕਿਵੇਂ ਚੱਲਦੀ ਹੈ ਤੇਰੀ? ਆਈਲੈਟਸ ਤਾਂ ਕਰਦੀ ਹੋਈ ਹੈ ਯਾਰ ਮੇਰੀ। ਪਰ ਦਾ ਵੀਜ਼ਾ ਵੀ ਆ ਰਿਹਾ, ਬਸ ਜਾਣਾ 10-15 ਦਿਨ ਤੱਕ। ਕਿੱਥੇ ਦਾ ਲੱਗਿਆ ਬਾਈ ਵੀਜ਼ਾ? ਕੈਨੇਡਾ ਦਾ ਵੀਰੇ। ਕੈਨੇਡਾ ਜਾਵੇਂਗਾ? ਹਾਂ ਹਾਂ, ਚੱਲ ਵਧੀਆ ਬਾਈ। ਇੱਧਰ ਕਿਵੇਂ ਆ ਗਿਆ ਅੱਜ? ਇੱਧਰ ਤਾਂ ਮਾਈਲੈਟ ਸੈਂਟਰ ਆਇਆ ਹੋਇਆ ਸੀ ਆਪਣੇ। ਅੱਛਾ, ਹਾਂ ਉਹ ਛੋਟਾ ਬਰੋ ਪੜਦਾ ਨਾ ਉਰੇ, ਉਹ ਵੀ ਕਰਨ ਲੱਗ ਗਿਆ। ਹਾਂ ਹਾਂ, ਉਹ ਵੀ ਕਹਿੰਦਾ ਮੈਂ ਵੀ ਜਾਣਾ ਹੈਗਾ। ਮੈਂ ਤੂੰ ਵੀ ਕਰ ਲੈ ਫਿਰ, ਬਸ 10-15 ਦਿਨ ਤੱਕ ਮੈਂ ਚਲੇ ਜਾਣਾ। ਚੱਲ ਵਧੀਆ, ਉਦੋਂ ਬਾਅਦ ਤੁਹਾਡਾ ਇਹਨਾਂ ਕਿ ਆ ਜਾਓ ਵੀ। ਵਧੀਆ, ਚਲੋ ਵਧੀਆ ਗੱਲ ਹੈ। ਹਾਂ ਹੋਰ ਤੁਸੀਂ ਕੀ ਕਰਦੇ ਬਾਈ? ਕੁਛ ਨਹੀਂ ਬਾਈ, ਅਸੀਂ ਤਾਂ ਬਸ ਭਰਤੀ ਦੇਖੀ ਜਾਂਦੇ ਯਾਰ, 4 ਸਾਲ ਹੋ ਗਏ ਸਾਨੂੰ ਭਰਤੀ ਦੇਖਦੇ ਨੂੰ। ਹਲੇ ਬਣੀ ਨਹੀਂ ਕੁਛ? ਨਾ ਯਾਰ, ਪਹਿਲਾਂ ਰੇਸ਼ ਲਿਕੜ ਗਈ, ਉਹ ਪੇਪਰ ਜਾ ਰਹਿ ਗਿਆ ਦੀ ਵਿੱਚ। ਮੈਂ ਕਹਿੰਦਾ ਤੁਸੀਂ ਬਾਹਰ ਦਾ ਦੇਖ ਲਓ ਉਰੇ ਕੀ ਬਣੂਗਾ ਤੁਹਾਡਾ। ਉਹ ਬਾਹਰ ਯਾਰ ਵਗਤਾ ਜਾਈਏ, ਪਰ ਔਖਾ ਕਰ ਰਹੇ ਤੈਨੂੰ ਪਤੀ ਹੈ। ਕਰ ਨਹੀਂ ਉੱਠਦਾ ਬਾਈ, ਹੋਰ ਕੀ ਕਰੀਏ, ਉਹ ਤਾਂ ਦੇਖਣੀ ਪੈਂਦਾ ਆ ਮਾੜਾ ਮੋਟਾ ਕਰ ਲੋ। ਮੈਂ ਤਾਂ ਬਾਈ ਪਹਿਲਾਂ ਵੀ ਕਰੀ ਦੀ ਗੱਲ ਆ, ਮੇਰਾ ਤਾਂ ਬਾਪੂ ਨਹੀਂ ਮੰਨਦਾ ਹੈਗਾ ਯਾਰ ਕੱਲਾ। ਮਨਾਣ ਦਾ ਆਪਦੇ ਸਾਰੀ ਹੁੰਦਾ ਬਾਈ। ਠੀਕ ਹੈ ਬਾਈ, ਗੱਲ ਇਹ ਤਾਂ ਗੱਲ ਤੇਰੀ ਸਹੀ ਹੈ। ਹੋਰ ਸੁਣਾਓ,
ਉਹ ਠੀਕ ਹੈ ਵਧੀਆ ਸਾਡੇ ਤਾਂ ਇੱਥੇ ਸਲਾਹ ਹੈ ਮਾਂ ਜੀ ਤੇ ਇੱਥੇ ਬਣਦੇ ਕੰਮ ਪੂਰੇ ਕੁਛ ਨਹੀਂ ਬਣਦਾ ਬਾਈ ਵੇਖਿਆ ਮੈਂ ਸਾਰੇ ਇੱਕ ਮਿੰਟ ਮੈਂ ਗੱਲ ਚੱਲ ਕਰ ਲੈ ਬਾਈ ਕਰ ਲੈ ਇਹਦੇ ਤਾਂ ਗੱਲਾਂ ਹੀ ਹੋਰ ਨੇ ਇਹ ਤਾਂ ਬਰੋ ਬਰੋ ਜੀ ਕਰੀ ਜਾਂਦਾ ਉਹ ਆਈਲੈਟਸ ਵਾਲੇ ਬਾਈ ਬਰੋ ਬਰੋ ਦਾ ਕੰਮ ਨਹੀਂ ਹੈ ਇੰਗਲਿਸ਼ ਆ ਜਾਂਦਾ ਉਹ ਬਰਾ ਲੱਗਦਾ ਯਾਰ ਮੈਨੂੰ ਤਾਂ ਇੰਗਲਿਸ਼ ਬੋਲਦਾ ਬਾਈ ਇੰਗਲਿਸ਼ ਆ ਬਾਈ ਬੜੀ ਕਰਦਾ ਚਲਾ ਨਾ ਕੁਛ ਮਰਜ਼ੀ ਹੈ ਬਾਈ ਪੈਸੇ ਵਾਲਾ ਬੰਦਾ ਚਲੋ ਚੱਲ ਠੀਕ ਹੈ ਵੇਲੇ ਠੀਕ ਹੈ ਬੁਲਾਈ ਜਾਂਦਾ ਬਰੋ ਓਕੇ ਠੀਕ ਹੈ ਬਾਈ ਠੀਕ ਹੈ ਬਾਈ ਚਲੋ ਵੇਲੇ ਆਪਾਂ ਵੀ ਚੱਲੀਏ ਯਾਰ मैं आया भाई दो मिनट तू कितने आना है माड़ा कम है मैं आ गया दो मिनट तो खड़ी मैं एक मिनट मैं तो भाई ओदे आईलेट्स बारे करना है दी गल जी यार आईलेट्स हां करनी है करनी रहेगी भाई यार ऊं करे मन नहीं चल मैं मना लूंगा कोई गल नहीं कर ले फिर कोई चक्कर नहीं है मैं करा दूं एडमिशन तेरी किथे भाई आ वाली अपनी पूरी करा देंगे हां बढ़िया हो जाएगा अच्छा ते पैसे कितने के लग जाते हैं भाई पैसे यार ला ले तू से आ होना अपना 50000 रुपए दा आईलेट्स ते लग जूगा तेरा हां ते बाकी फिर बाद च लगणगे जेड़े बाद च करते भाई बाद च मतलब वीजा स्टडी ओते फीस भरेंगे जेड़ी अच्छा हां वो सारा ला के तेरा यार 25 लाख जने बड़ जूला ले 25 लाख ते भाई हां 25 ना देख तू 25 ਦਾ ਤੂੰ 6 ਮਹੀਨੇ ਚ ਮੋੜ ਦੇਗਾ ਡਾਲਰ ਸ਼ਾਪਿੰਗ ਆ ਡਾਲਰ ਅੱਛਾ ਬਾਈ ਹਾਂ ਇਹਨਾਂ ਦੇ ਮਾਗਰ ਨਾ ਲੱਗ ਮੈਂ ਬਿੱਲੇ ਨੂੰ ਬਹੁਤ ਵਾਰੀ ਸਮਝਾਇਆਗਾ ਮਾ ਤੂੰ ਕਰ ਲੈ ਪਰ ਮੰਨਦਾ ਨਹੀਂ ਹੈਗੇ ਮੇਰੀ ਗੱਲ ਬਾਈ ਮੇਰਾ ਤਾਂ ਆਪ ਨਹੀਂ ਉਰੇ ਜਮਾ ਲਾਉਣ ਨੂੰ ਜੀ ਨਹੀਂ ਕਰਦਾ ਹੈਗਾ ਯਾਰ ਇੱਕ ਮਜਬੂਰੀ ਹੈ ਬਸ ਬਸ ਫਿਰ ਤੂੰ ਕੱਲ ਨੂੰ ਮੇਰੇ ਨਾਲ ਕੰਟੈਕਟ ਕਰੀ ਬਾਈ ਕੱਢ ਦੂੰਗਾ ਮਾਈਲੈਟਸ ਕਰ ਦੇਗਾ ਲੈ ਆਪਾਂ ਹੁਣ ਦੇਖ ਲੈਨੇ ਆ ਵਾਟ ਇਜ਼ ਯੋਰ ਨੇਮ ਸੁੱਖਾ ਸਿੰਘ ਬਾਈ ਵੇਅਰ ਯੂ ਫਰੋਂ ਕੁੱਲਰੀਆਂ ਬਾਈ ਲੈ ਬੱਟ ਦੇ ਬਈਆ ਤੇਰੀ ਤਾਂ ਸ਼ਹਿਰ ਹੈ ਯਾਰ ਤੂੰ ਦਾ ਵਧੀਆ ਮੁੰਡਾ ਕੱਢ ਦੂੰਗਾ ਬਾਈ ਕੱਢ ਦੇਗਾ ਹੁਣ ਮੜੀ ਮੈਨੂੰ ਕਾਲੀਏ ਤੂੰ ਮੈਨੂੰ ਐ ਕਰ ਨੰਬਰ ਦੇ ਦੇ ਆਪਦਾ ਮੈਨੂੰ ਬਾਈ ਉਹ ਤੇ ਲਵਾ ਦੀ ਆਈਲੈਟ ਸੈਂਟਰ ਜਬ ਹੈ ਕੋਈ ਗੱਲ ਨਹੀਂ ਨੰਬਰ ਬੋਲਾ ਨੰਬਰ 98782 ਚੱਲ ਠੀਕ ਹੈ ਮੈਂ ਕਰਦਾ ਮੈਨੂੰ ਫ੍ਰੀ ਹੋ ਕੇ ਹਾਂ ਠੀਕ ਹੈ ਬਾਈ ਬਾਕੀ ਕੋਈ ਚੱਕਰ ਨਾ ਮੰਨੀ ਉਹ ਆ ਗਿਆ ਆ ਗਿਆ ਕੋਈ ਚੱਕਰ ਨਾ ਮੰਨੀ ਮੈਂ ਬੈਠਿਆ ਕੋਈ ਗੱਲ ਨਹੀਂ ਬਾਈ ਨਾਮ ਹੀ ਨਿਕਲੀ ਆਪਾਂ ਕਰ ਦਾਂਗੇ ਹਲ ਤਰਾ ਥੈਂਕ ਯੂ ਜੀ ਬਾਈ ਥੈਂਕ ਯੂ ਕੋਈ ਨਾ ਬਾਈ ਨਾ ਬਾਈ ਥੈਂਕ ਯੂ ਵੈਲਕਮ ਉਹ ਆ ਜਾ ਬਾਈ ਯਾਰ ਆ ਜਾ ਕੀ ਕਰਨ ਲੱਗ ਗਿਆ ਹੈ ਕੀ ਪੁੱਛਿਆ ਆਈਲੈਟਸ ਬਾਰੇ ਪੁੱਛਿਆ ਬਾਈ ਯਾਰ ਉਹਨੂੰ ਤੂੰ ਕਰਿਆ ਹੁਣ ਦੇਖਦੇ ਆ ਝੱਟ ਕੁਛ ਨਹੀਂ ਹੁੰਦਾ ਹੈਗਾ ਚਲ ਦੇਖ ਲੈ ਕਰ ਲੈ ਆਇਆ ਨਹੀਂ ਫੌਜੀ ਅਜੇ ਤੱਕ ਹਜੇ ਉਹਦਾ ਟਾਈਮ ਨਹੀਂ ਹੋਇਆ ਆਪਦੇ ਟਾਈਮ ਤੇ ਆਊਗਾ ਇਸੇ ਟਾਈਮ ਹੀ ਆਉਂਦਾ ਉਹ ਸਾਰਾ ਦਿਨ ਮੇਰਾ ਦਿਮਾਗ ਨਾ ਖਾਈ ਜਾ ਕੱਜ ਉਦੋਂ ਤੱਕ ਘਰੇ ਹੁੰਦਾ ਉਦੋਂ ਨਾਲ ਲੜੀ ਜਾਂਦੇ ਹੁਣ ਉਹ 5-2 ਮਿੰਟ ਲੇਟ ਹੋ ਗਿਆ ਹੁਣ ਆਇਆ ਨਹੀਂ ਮੈਂ ਕੀ ਲੜਦਾ ਉਹਦੇ ਨਾਲ ਹੋਰ ਉਹਨਾਂ ਸਾਰਾ ਦਿਨ ਤਾਂ ਲੜੀ ਜਾਂਦਾਗਾ ਬੈਠ ਕੇ ਉਹਨੂੰ ਆ ਨਹੀਂ ਕਰਦਾ ਨਹੀਂ ਕਰਦਾ ਹੈਗਾ ਉਹ ਆਪਦੀ ਤਿਆਰੀ ਕਰ ਰਿਹਾ ਕਿ ਤੇਰਾ ਕੰਮ ਕਰੇ ਲੈ ਆਓ ਆ ਗਿਆ ਦੇਖ ਲੈ ਆਓ ਆਉਂਦਾ ਮਿਲ ਲੈ ਜਾ ਕੇ ਕੀ ਕਰੇਗਾ ਮਿਲ ਲੈ ਹੁਣ ਲੜਨ ਕਰੀਏ ਭੁੱਖਾ ਮਰ ਰਿਹਾ ਹੋਏਗਾ ਉਹ ਕਹਿੰਦੇ ਲੇਟ ਹੋ ਗਿਆ ਉਹ ਰੋਜ਼ ਇਹੀ ਟਾਈਮ ਤਾਂ ਆਉਣਾ ਯਾਰ ਪਾਪਾ ਕਾਹਨੂੰ ਆਉਣਾ ਇੱਧਰ ਦਾ ਰੋਜ਼ ਦਾ ਹੋ ਗਿਆ ਰੋਜ਼ ਦਾ ਕੀ ਹੋ ਗਿਆ ਇਹੀ ਟਾਈਮ ਆਉਣਾ ਪੁੱਛ ਮੰਮੀ ਨੂੰ ਤੂੰ ਤਾਂ ਘਰੇ ਹੁੰਦਾ ਨਹੀਂ ਹੈਗਾ ਨਾ ਤਾਂ ਤੂੰ ਐਂ ਦੇਖੇ ਵੀ ਹਾਂ ਕੱਲਾ ਕੱਲਾ ਮਗਰੋਂ ਗੇੜਾ ਮਾਰਨਾ ਖੇਤ ਹੋਰ ਲੇਟ ਚੱਲ ਰਹੀ ਸੀ ਖੇਤ ਜਾਣਾ ਸੀ ਪਰ ਮੈਂ ਕਿਹੜਾ ਬੇਲਾ ਮੈਂ ਹੁਣ ਤਾਂ ਭੱਜ ਗਿਆ ਆ ਥੱਕ ਗਿਆ ਆ ਹੁਣ ਪੈਣ ਦੀ ਖੇਤ ਵਗ ਜਾ ਤੂੰ ਮਾੜਾ ਮੋਟਾ ਦੇਖ ਲਿਆ ਕਰ ਤੂੰ ਵੀ ਹੱਥ ਸਨੇਹਾ ਜਾਣਿਆ ਕਰੇ ਹੋਰ ਤੂੰ ਉੱਥੇ ਆ ਕਾਟੋ ਕਲੇ ਸੁਣ ਮੇਰੀ ਗੱਲ ਸੁਣ ਇੱਕ ਮੈਂ ਗੱਲ ਕਰਨੀ ਹੈ ਤੇਰੇ ਨਾਲ ਤੂੰ ਕੋਈ ਨਾ ਤੂੰ ਬੈਠਦਾ ਸੀ ਹਾਂ ਮੈਂ ਗੱਲ ਕਰਨੀ ਹੈ ਤੇਰੇ ਨਾਲ ਇੱਕ ਜੀ ਐਂ ਕਹਿੰਦਾ ਸੀ ਮੈਂ ਵੀ ਮੈਂ ਬਾਹਰੇ ਜਾਣਾ ਹੈ ਬਾਹਰੋਂ ਤਾਂ ਸਾਲੇ ਹੁਣ ਧੱਕੇ ਖਾ ਕੇ ਆਏ ਓਏ ਆ ਬਾਹਰ ਨਹੀਂ ਕਹਿੰਦਾ ਹੈਗਾ ਹੋਰ ਸਾਲੇ ਕਿਹੜੇ ਬਾਹਰ ਮੈਂ ਕੈਨੇਡਾ ਜਾਣਾ ਸੀ ਕੈਨੇਡਾ ਹਾਂ ਤੂੰ ਆਹੀ ਦੇਖ ਰਿਹਾ ਭਰਤੀ ਭੁਰਤੀ ਜੇ ਕੋਈ ਗੱਲ ਬਣਦੀ ਹੈ ਭਰਤੀ ਤੇ ਕੁਝ ਨਹੀਂ ਬਣਦਾ ਹੈਗਾ ਡੈਡੀ ਯਾਰ ਉਹ ਆਪਣੇ ਲਵੇ ਇੰਨੇ ਪੈਸੇ ਨਹੀਂ ਗੁੰਜਾਇਸ਼ ਨਹੀਂ ਕਿੱਥੋਂ ਭੇਜੂ ਮੈਂ ਤੈਨੂੰ ਗੁੰਜਾਇਸ਼ ਨੂੰ ਕੀ ਹੈ ਪੈਸੇ ਤਾਂ ਦੇਖੋ ਕੇਰਾ ਲਾਣੇ ਪੈਂਦੇ ਨੇ ਆਪਾਂ ਦੇਖੋ ਉਹ ਲਾਉਣੇ ਤਾਂ ਪੈਣਗੇ ਸ਼ੇਰਾ ਪੈਸੇ ਲਿਆਵਾਂਗੇ ਕਿੱਥੋਂ ਆਪਾਂ ਇਹਨੇ
ਉਹ ਮੈਨੂੰ ਨਹੀਂ ਪਤਾ ਹੈਗਾ, ਮੈਂ ਤਾਂ ਹੁਣ ਮੈਂ ਨਹੀਂ ਤਿਆਰੀ ਤਿਉਰੀ ਕਰਦਾ ਤੂੰ ਹੀ ਹੈਗਾ। ਦੇਖ ਲੈ ਕੋਈ ਕੰਮ ਧੰਦਾ ਫੌਜ ਦੀ ਦੇਖ ਲੈ, ਵਧੀਆ ਨੌਕਰੀ ਹੈ, ਫੌਜ ਚ ਕੁਛ ਨਹੀਂ ਹੈਗਾ ਬਾਪੂ, ਸ਼ਾਹੀ ਨੌਕਰੀ ਆ। ਦੇਖ ਲੈ ਗਿੱਟੇ ਗੋਡੇ ਰਗੜਾ ਕੇ ਕੁਛ ਨਹੀਂ ਬਣਦਾ ਹੈਗਾ। ਪਹਿਲਾਂ ਮੁੰਡੇ ਨੇ ਤਿਆਰੀ ਕਰੀ ਸੀ, ਉਹਨਾਂ ਦਾ ਪੇਪਰ ਕੈਂਸਲ ਕਰਤਾ। ਆਈ ਬਣਦਾ ਹੈ ਗੋਡੇ ਕਸਾ ਕੀ ਬਣਦੇ ਕੋ ਤਾਂ, ਮੈਥੋਂ ਨਹੀਂ ਫਿਰ ਭੱਜਿਆ ਜਾਂਦਾ ਹੈਗਾ। ਮੈਂ ਤਾਂ ਹੁਣ ਪੱਕਾ ਮਨ ਬਣਾ ਕੇ ਆਇਆ, ਮੈਂ ਤਾਂ ਆਈਲੈਟਸ ਕਰਕੇ ਬਣ ਜਾ। ਆਪਣੇ ਸਾਹਮਣੇ ਦੇਖ ਲੈ ਸਾਰੇ ਫੌਜੀ ਨੇ ਮੁੰਡੇ ਕੀ ਕੁਛ ਬਣਾ ਗਏ। ਫੌਜੀ ਨਹੀਂ ਕੁਛ ਬਣਾ ਸਕਦਾ ਹੈਗਾ ਬਾਪੂ, ਜੇ ਤਾਂ ਕੁਛ ਬਣਨਾ ਹੈ ਫਿਊਚਰ ਸੇਵ ਕਰਨਾ ਆਪਦਾ, ਫਿਰ ਤਾਂ ਬਾਹਰੇ ਜਾਣਾ ਪਊਗਾ। ਅੱਜ ਦੇਖਦੀ ਆ 10 ਨੰਬਰ ਦੀ ਚੱਪਲ ਆ, ਹੁਣ ਕਰਦਾ ਨਾ ਤਾਂ ਸਕੂਟਰ ਸੇਵ ਸੂਗਾ। ਉਹ ਸਕੂਟਰ ਸੇਵ ਨਹੀਂ ਹੁੰਦਾ ਹੈਗਾ, ਮੇਰੀ ਜ਼ਿੰਦਗੀ ਸੁਧਰ ਜੂਗੀ ਜੇ ਮੈਂ ਬਾਹਰੇ ਵੱਗ ਗਿਆ। ਕਾਹਨੂੰ ਸੁਧਰ ਜੂਗੀ, ਉਰੇ ਤਾਂ ਸਾਲੇ ਡੱਕਾ ਤੋੜਦੇ ਨਹੀਂ। ਬਾਹਰੇ ਜਾ ਕੇ ਮੈਂ ਹੀ ਕਰੂੰਗਾ ਕੰਮ, ਹੋਰ ਤੂੰ ਕਰੇਗਾ ਯਾਰ, ਜਦੋਂ ਕਿਹਾ ਬਾਹਰੇ ਵੱਗ ਗਿਆ ਕਿੱਡੀ ਗੱਲ ਹੈ। ਉਰੀ ਨਹੀਂ ਬਣਦਾ ਸੋਥੋਂ, ਬਾਹਰ ਕੀ ਰੰਗ ਲਾਉਂਗੇ ਤੁਸੀਂ, ਉਰੇ ਕੀ ਨਹੀਂ ਕਰਦੇਗੇ, ਸਾਰਾ ਦਿਨ ਤਾਂ ਫਿਰੀ ਜਾਂਦੇ ਆ। ਕਾਹਨੂੰ ਫਿਰਦੇ ਹੋ, ਪਾਣੀ ਦਾ ਗਲਾਸ ਮਗਲੇ ਸਾਲੇ ਉਹ ਨਹੀਂ ਫੜਾਉਂਦੇ। ਤੂੰ ਮੈਨੂੰ ਭੇਜਣਾ ਕਹਿੰਦਾ, ਮੈਨੂੰ ਪੈਸੇ ਦੇ ਦੇ ਯਾਰ, ਸਿੱਧੀ ਗੱਲ ਹੈ। ਫਿਰ ਮੈਂ ਹੁਣ ਭੇਜ ਦੇਣਾ ਕੈਨੇਡਾ ਤੋਂ ਪਰਾਂ ਨੇ, ਭੇਜਦਾ ਮੈਂ ਕਿਤੇ ਤੈਨੂੰ। ਮੈਂ ਤਾਂ ਜਾਊਂਗਾ ਫਿਰ, ਸਿੱਧਾ ਆਪਣੀ ਬੇੜੀ ਹੈ। ਕਿੱਧਰ ਜਾਏਗਾ? ਬਾਹਰ ਜਾਣਾ ਮੈਂ। ਤੋ ਉਹ ਗੇਟ ਉਹਦੀ ਬਾਹਰ ਵਗ ਜਾ, ਵਜਾ। ਮੈਨੂੰ ਪੈਸੇ ਦੇ ਦੇ ਯਾਰ, ਕਿਉਂ ਐਂ ਕਰਦਾ? ਪੈਸੇ ਲੈਣੇ ਕਿੱਥੇ ਪਏ ਨੇ ਇੰਨੇ? ਕਿੱਡੀ ਗੱਲ ਹੈ ਜੀ, ਕੀ ਨਾ 10-12 ਲੱਖ ਰੁਪਇਆ ਲੱਗ ਗਿਆ, ਫਿਰ ਕੀ ਹੈ ਯਾਰ, ਫਾਇਆ ਲੈਂਦਾ ਹੈ। 10-12 ਚ ਕੌਣ ਜਾਂਦਾ, 20-20 ਲੱਖ ਰੁਪਇਆ ਲੱਗਦਾ ਹੈ। ਫਿਰ ਇੱਕ ਕਿੱਲਾ ਵੇਚਣਾ ਹੈ, ਕੁਛ ਨਹੀਂ ਹੁੰਦਾ ਹੈਗਾ ਮੇਰੇ। ਕਿੱਲਾ ਤਾਂ ਡੂਡੇ ਸਾਲਿਆ ਕਿੱਲਾ ਵੇਚ ਦੇਗਾ, ਮੈਂ ਕਰੋ ਅਸੀਂ ਕੀ ਖਾਵਾਂਗੇ? ਉਹ ਮੈਂ ਕਮਾ ਕੇ ਦੇਊਂਗਾ ਤੈਨੂੰ, ਮੈਂ ਕਮਾ ਕੇ ਦੇਊਂਗਾ, ਆਪਾਂ ਜ਼ਮੀਨਾਂ ਬਥੇਰੀਆਂ ਲੈ ਲਾਂਗੇ। ਤੂੰ ਤਾਂ ਮੈਨੂੰ ਲੱਗਦਾ ਵੀ ਦਵਾਵੇਂਗਾ ਜ਼ਮੀਨ। ਆ ਮੰਮੀ ਆ ਗਈ ਲੈ, ਮੰਮੀ ਨੂੰ ਪੁੱਛ ਲੈ। ਹੁਣ ਕੀ ਕਾਟੋ ਕਲੇਸ਼ ਕਰ ਰੱਖਿਆ ਮੁੰਡੇ ਨਾਲ? ਮੈਂ ਕੀ ਕਾਟੋ ਕਲੇਸ਼ ਕਰਿਆ? ਬੈਠੀ ਹੈ, ਪੈਸੇ ਮੰਗਦਾ ਹੈ। ਬਾਈ ਲੱਖ ਦੇ ਦੇ, ਬਾਹਰ ਜਾਣਾ ਹੈ, ਕੁਰਸੀ ਤੇ ਬਹਿ ਜਾ। ਮੈਂ ਕਿਹੜਾ ਕੁਝ ਖਾਣ ਨੂੰ ਮੰਗਿਆ, ਬਾਹਰ ਹੀ ਜਾਣਾ ਹੈ। ਬਾਹਰ ਤਾਂ ਸਾਹਿਬ ਬਾਹਰ ਹੀ ਆਉਂਦੇ ਹੋ, ਬਾਹਰ ਕਿੱਥੇ ਜਾਓਗੇ? ਬਾਹਰ ਜਾਣਾ ਜਿਹੜਾ ਜੀਏ, ਬਾਹਰ ਜਾਣਾ, ਕੈਨੇਡਾ ਜਾਣਾ। ਫਿਰ ਕੀ ਭੱਗ ਜਾਣ ਦੇ ਮੁੰਡੇ ਨੂੰ, ਦੁਨੀਆ ਜਾ ਰਹੀ ਹੈ। ਪੈਸੇ ਤੇ ਕਿੱਥੋਂ ਦੇਣੇ ਜੀ? ਘਰ ਵਾਲਿਆਂ ਨੇ ਬਾਹਰ ਜਾ ਕੇ ਦੇਖ ਲੈ ਕੀ ਕੁਛ ਕਰ ਰੱਖਿਆ। ਪੈਸੇ ਹੈਗੇ? ਪੈਸਾ ਨਾ ਕੋਈ ਜਗਾੜ ਮੈਂ ਲਾ ਦੇ ਜਾਈ ਯਾਰ, ਪੈਸਾ 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 ਕੈਨੇਡਾ ਡੂਬ ਗਿਆ ਕਰਕੇ ਪੈਸੇ ਨੂੰ। 20 ਸਾਲ ਹੋ ਗਏ ਤੇਰੇ ਆਈ ਨੂੰ, ਉਦਾਂ ਦੀ ਰੋਣੀ ਆ। ਹਾਏ ਪੈਸਾ, ਹਾਏ ਪੈਸਾ, ਤੇਰਾ ਪੈਸਾ ਨਾ ਬਣਿਆ ਕਿਤੇ, ਹੁਣ ਆ ਮੁੰਡੇ ਦੀ ਵੀ ਨੇ ਕੋਈ ਕੁਛ ਕਰਨ ਦਾ ਹੀ। ਮੈਂ ਤਾਂ ਜਾਣ ਨਹੀਂ ਦਿੰਦਾ ਨਾ, ਮੇਰੇ 25 ਹੈਗੀ ਤੇਰੇ ਕੋਲ ਤਾਂ ਹੋਵੇ ਤਾਂ ਇਹਨੂੰ ਧਰ ਕੇ ਫੜ ਕਾਸੇ ਨੂੰ। ਔਰ ਸਾਥ ਉਹ ਪੈਸਾ ਜੇ ਉਹਨੇ ਗੱਭਰੂ ਜਵਾਨ ਨੇ ਕੁਛ ਕਰ ਲਿਆ ਫਿਰ ਕੀ ਹੋਊਗਾ? ਹੋਣਾ ਕੀ ਹੈ, ਕੁਛ ਨਹੀਂ ਕਰਦਾ ਕੋਈ। ਤੈਨੂੰ ਤਾਂ ਤੌਲੇ ਝਾਟੇ ਨੂੰ, ਤੇਰੇ ਤਾਂ ਝਾਟਾ ਤੇਰਾ ਤੌਲਾ ਹੋ ਰਿਹਾ, ਤੈਨੂੰ ਕੀ ਕਹਿਣਗੇ ਲੋਕ? ਕੀ ਕਹਿਣਗੇ? ਇੱਕ ਮੁੰਡਾ ਤੂੰ ਉਹਦੇ ਵੀ ਨਾ ਕੰਮ ਕਰ ਸਕਿਆ। ਲੋਕ ਐਂ ਵੀ ਕਹਿਣਗੇ ਜ਼ਮੀਨ ਵੇਚ ਕੇ ਭੇਜੇ, ਦੁਨੀਆ ਦੇ ਵੇਚਦੇ ਨੇ ਆਪਾਂ ਇਕੱਲੇ ਵੇਚਾਂਗੇ, ਕਮਾਊਗਾ ਵੀ ਉੱਥੋਂ, ਕੀ ਪਤਾ ਆਪਾਂ ਦੁੱਗਣੀ ਲੈ ਲਈਏ। ਆਹੋ ਦੇਖੂਗਾ ਜਾਂ ਲਾਉਂਗੇ, ਲਵਾਂਗੇ ਜੇ ਤੂੰ ਪਿਆਰ ਨਾਲ ਉਹਨੂੰ ਕਹਿ, ਜੇ ਕੁਛ ਕਰ ਲਿਆ ਸਾਰੇ ਲੋਕ ਥੂ ਥੂ ਕਰਨਗੇ ਆਪਣੇ ਮੂੰਹ ਤੇ। ਚੱਲ ਦੇਖ ਲੈ ਫਿਰ, ਆਪਾਂ ਨੇ ਕੀ ਕਰਨੀ ਹੈ, ਘਟੂਗੀ ਤਾਂ ਵੀ ਉਸੇ ਦੀ ਹੈ, ਵਧੂਗੀ ਤਾਂ ਵੀ ਉਸੇ ਦੀ ਹੈ, ਆਪਾਂ ਤਾਂ ਪਤਾ ਨਹੀਂ ਸਾਲ ਆ 2 ਸਾਲ ਆ। ਚੱਲ ਕੋਈ ਨਾ ਫਿਰ, ਚੱਲ ਉਹਨੂੰ ਮਨਾਈਏ, ਉਹਨੂੰ ਦੇਖਦੇ ਆ ਹੱਲ ਕਰਦੇ ਆ ਕੋਈ, ਜਾਣਦੇ ਉਹਨੂੰ ਬਾਹਰੇ। ਚੱਲ ਚੱਲ ਖੜਾ, ਪਿਆਰ ਨਾਲ ਸਮਝਾਈ ਉਹਨੂੰ, ਕਿਤੇ ਪਹਿਲਾਂ ਵਾਂਗੂ ਕੰਮ ਕਰ। ਕੋਈ ਨਾ, ਮੈਂ ਆਪੇ ਸਮਝਾ ਦੂੰਗਾ। ਖੜਾ ਹੋ ਖੜਾ। ਹਾਂ ਹੁਣ ਉਰੇ ਆ ਗਿਆ ਲੜਨਾ। ਲੜਨ ਕਾਹਨੂੰ ਆਇਆ, ਤੇਰੇ ਭਲੇ ਦੀ ਗੱਲ ਕਰਨ ਆਇਆ? ਉਹ ਮੇਰਾ ਭਲਾ ਬਾਪੂ ਬਾਹਰੇ ਹੈ, ਉਰੇ ਕੁਛ ਨਹੀਂ ਬਣਦਾ ਹੈਗਾ ਮੇਰਾ। ਉਹ ਜੇ ਤਾਂ ਕੋਈ ਉਰੇ ਬਣਦੇ ਜੰਗਾੜ ਉਰੇ ਦੇਖ ਲੈ, ਨਹੀਂ ਫਿਰ ਬਾਹਰ ਵਾਲਾ ਤਾਂ ਕਰਾਂਗੇ ਹੱਲ ਕੋਈ। ਫੇਰ ਉਹੀ ਗੱਲ ਆ, ਮੈਂ ਬਾਹਰੇ ਜਾਣਾ, ਫਿਰ ਬਾਹਰੇ ਜਾਣਾ, ਹੋਰ ਕਿਤੇ ਨਹੀਂ ਜਾਣਾ। ਉਹ ਕੋਈ ਨਾ, ਆਪਾਂ ਕਰਾਂਗੇ ਹੱਲ, ਬਾਹਰ ਦਾ ਕਰ ਲਾਂਗੇ ਫਿਰ, ਹੋਰ ਕੀ, ਤੂੰ ਮੰਨਦਾ ਤਾਂ ਹੈ ਨਹੀਂ ਫਿਰ। ਪੱਕਾ ਪੱਕਾ ਤਾਂ ਪਰ ਹੁਣ ਕਰਾਂਗੇ। ਮੇਰੀ ਗੱਲ ਸੁਣ ਬਾਪੂ, ਮੇਰੀ ਗੱਲ ਸੁਣ, ਮੈਂ ਮੁੰਡੇ ਨਾਲ ਗੱਲ ਕਰਕੇ ਆਇਆ, ਆਈਲੈਟਸ ਹੋਊਗੀ 1.5 ਮਹੀਨੇ ਚ, ਬਸ 2-3 ਮਹੀਨੇ ਚ ਬਾਹਰੇ। ਪੱਕੀ ਗੱਲ ਵੀ ਹੈ ਕਿਤੇ ਸਾਲਾ ਕੋਈ ਪੈਸੇ ਲੈ ਕੇ ਭੱਜੇ? ਜਮਾ ਪੱਕੀ ਗੱਲ ਹੈ, ਜਮਾ ਪੱਕੀ ਗੱਲ ਹੈ, ਬਸ ਮੇਰੀ ਆਪੇ ਗੱਲ ਕਰੀ ਹੋਈ ਹੈ, ਆਪੇ ਮੁੰਡਾ ਬਾਹਰ ਭੇਜ ਦੂਗਾ ਮੈਨੂੰ। ਚੱਲ ਮੈਂ ਫਿਰ ਕਰਦਾ ਕੋਈ ਹੱਲ। ਕੁਛ ਨਹੀਂ ਹੁੰਦਾ ਬਾਪੂ, ਤੂੰ ਜ਼ਮੀਨ ਦਾ ਲਾਲਚ ਨਾ ਕਰ, ਜ਼ਮੀਨ ਤਾਂ ਆਪਾਂ ਬਹੁਤ ਬਣਾ ਲਾਂਗੇ। ਉਹ ਕੋਈ ਨਾ, ਜ਼ਮੀਨ ਤਾਂ ਬਣ ਜੂਗੀ, ਮੈਂ ਕਰਦਾ ਕੋਈ ਪੈਸਿਆਂ ਦਾ ਹੱਲ ਕਰਦਾ ਇੰਤਜ਼ਾਮ ਕਰਦਾ। ਕੋਈ ਚੱਕਰ ਨਹੀਂ ਬਾਪੂ, ਆਓ ਜੀ ਬਤਨ ਲੈ। ਕੋਈ ਨਾ ਕੋਈ ਨਾ, ਆਪਾਂ ਕਰਾਂਗੇ, ਮੈਂ ਕਰਦਾ ਹੱਲ, ਕੋਈ ਨਾ। ਕਦ ਤੱਕ ਹੋ ਜੂਗਾ ਆਪਾਂ? ਹੌਲੀ ਹੌਲੀ ਹੁੰਦਾ ਹੁੰਦਾ ਹੈ, ਕਿੰਨੇ ਲੋਕਾਂ ਨੇ ਪਹਿਲੇ ਢੋਲ ਵਜਾ ਦੇ। ਨਹੀਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੈਗਾ। ਆਹੋ ਆਪਾਂ ਸਮਾਈ ਨਾਲ ਗੱਲ ਕਰਾਂਗੇ, ਬਾਲਾ ਰੋਬਾ ਨਹੀਂ ਪਾਇਆ ਕਰਦੇ, ਕਈ ਵਾਰੀ ਨਹੀਂ ਕੰਮ ਬਣੇ ਫਿਰ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ ਹੈ। ਕੰਮ ਬਣਨ ਦਾ ਤਾਂ ਚੱਕਰੇ ਨਾ ਮੰਨ ਕੋਈ ਹੈਗਾ ਬੰਦਾ ਮੇਰਾ। ਵਾ ਕੋਈ ਨਾ, ਤੂੰ ਆ ਜਾ ਸ਼ੇਰ, ਰੋਟੀ ਖਾ ਜਾ। ਬਸ ਆਉਣਾ ਮੈਂ, ਕੋਈ ਨਹੀਂ, ਆਹੋ ਮੈਂ ਲੈ ਆ ਜਾ, ਜਾਇਟ ਲੈਣੀ ਹੈ। ਠੀਕ, ਪੱਕਾ ਬਣ ਜਾ ਮੈਂ ਫਿਰ। ਆਹੋ ਆਹੋ,
ਚੰਗਾ ਸੁਖੇ ਫਿਰ ਹੈ ਚੰਗਾ ਬਾਈ ਚੰਗਾ ਠੀਕ ਹੈ ਬਾਈ ਖਿਆਲ ਰੱਖੀ ਓਕੇ ਠੀਕ ਹੈ ਬਾਈ ਸੁਖਿਆ ਠੀਕ ਹੈ ਬਾਈ ਠੀਕ ਹੈ ਬਾਈ ਭੁੱਲ ਤਾਂ ਜਾਈ ਨਾ ਕਿਤੇ ਭੁੱਲ ਨਾ ਜਾਈ ਫਿਰ ਸਾਨੂੰ ਕਿਤੇ ਜਾ ਕੇ ਓਏ ਨਾ ਨਾ ਬਾਈ ਯਾਰ ਭੁੱਲਣ ਵਾਲੀ ਕਿਹੜੀ ਗੱਲ ਹੈ ਤੁਸੀਂ ਤਾਂ ਯਾਦ ਰੱਖੂਗਾ ਮੈਂ ਤਿਆਰੀ ਲਾਈਓ ਆਪਦੀ ਤਿਆਰੀ ਤਾਂ ਆਪਣੀ ਪੂਰੀ ਹੈ ਬਸ ਤੂੰ ਵਧੀਆ ਉੱਥੇ ਕੰਮ ਜਾਇ ਕਰੀ ਚੰਗਾ ਬਰਬਾਨਾ ਮੰਨ ਬਾਈ ਫੋਨ ਭੇਜਦੀ ਸਾਨੂੰ ਨਾਲੇ ਓਏ ਭਗ ਜਾਣ ਦੇ ਬਾਈ ਪਹਿਲਾਂ ਫੇਰ ਭੇਜੋ ਫੋਨ ਜਾਣ ਤਾਂ ਲੱਗ ਰਿਹਾ ਯਾਰ ਹੁਣ ਹਲੇ ਕੰਮ ਧੰਦਾ ਕਰੂੰਗਾ ਬਾਈ ਫੇਰ ਭੇਜੂਗਾ ਫੋਨ ਡਾਲਰ ਸ਼ਾਲਰ ਕਮਾਵਾਂਗੇ ਕੋਈ ਨਾ ਤੂੰ ਤੇਰੇ ਨਾਲ ਮਜ਼ਾਕ ਕਰਦੇ ਆ ਯਾਰ ਤੇਰੇ ਨਾਲ ਫੋਨ ਪਿਆਰ ਹੈ ਨਾ 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 ਚੰਗਾ ਬਾਈ ਗਲਵੀਰ ਹੈ ਠੀਕ ਹੈ ਬਾਈ ਤੂੰ ਵੀ ਲਾਈ ਤਿਆਰੀ ਵਧੀਆ ਤੂੰ ਲਾਉਂਦਾ ਨਹੀਂ ਹੈਗਾ ਨਾ ਨਾ ਲਾਉਣੇ ਆ ਹੁਣ ਯਾਰ ਕੋਈ ਨਹੀਂ ਕੋਈ ਨਹੀਂ ਦੇਖਾਂਗੇ ਭਰਤੀ ਹੋ ਜਾਓ ਪਰਾਂ ਵਧੀਆ ਕੋਈ ਨਾ ਭਾਈ ਨਜ਼ਾਰ ਤਾਂ ਚੱਲੇ ਨਜ਼ਾਰੇ ਲੈ ਤੁੰਦਾ ਬਾਈ ਜ਼ਿੰਦਗੀ ਦੇ ਚੱਲ ਵਧੀਆ ਉੱਥੇ ਲਈ ਨਹੀਂ ਯਾਰੇ ਹੋਰ ਠੀਕ ਹੈ ਲੈ ਲਈ ਚੱਲਦੇ ਆ ਮੜਾ ਇੱਕ ਗੱਲ ਕਰਨੀ ਹੈ ਹੈ ਗੱਲ ਕਰਨੀ ਆ ਯਾ ਹਾਂਜੀ ਤੈਨੂੰ ਮੈਂ ਕਹਿੰਦਾ ਦੀਆ ਦੇਖ ਤੇਰੇ ਪਿਓ ਨੇ ਤੇਰੀ ਤੇ ਸਾਰੀ ਆਪਦੀ ਕਮਾਈ ਲਾਤੀ ਦੇਗਾ ਸਮਝਦਾ ਮੇਰੀ ਗੱਲ ਨਾ ਸਹੀ ਗੱਲ ਹੈ ਹਾਂ ਕਿਤੇ ਉੱਥੇ ਜਾ ਕੇ ਬਾਰਾ ਗਰਦੀ ਕਰੀ ਜਾਵੇਂ ਨਾ ਨਾ ਇਹੀ ਤਾਂ ਕੋਈ ਗੱਲ ਨਹੀਂ ਆਪਣੇ ਵਾਲੇ ਉੱਧਰ ਜਾ ਕੇ ਬਹੁਤ ਗੰਦ ਪਾਉਂਦੇ ਨੇ ਮੇਰਾ ਵੀ ਸਿਆਣਾ ਬਣ ਕੇ ਰਹਿੰਦੇ ਤੇਰੇ ਪਿਓ ਨੇ ਆਪਦੀ ਸਾਰੀ ਕਮਾਈ ਲਾਤੀ ਸਾਰੀ ਜ਼ਿੰਦਗੀ ਨਾ ਨਾ ਸਹੀ ਗੱਲ ਹੈ ਤੁਹਾਡੀ ਠੀਕ ਹੈ ਮੈਂ ਤੈਨੂੰ ਆਈ ਕਹਿੰਦੀ ਵਧੀਆ ਖਿਆਲ ਰੱਖੀ ਆਪਦਾ ਨਾ ਨਾ ਕੋਈ ਚੱਕਰ ਨਹੀਂ ਗਈ ਇਹੀ ਜੇ ਲੰਬਾ ਨਹੀਂ ਆਉਂਦਾ ਜੀ ਸਿਆਣਾ ਬਣ ਕੇ ਰਹੀ ਨਾ ਨਾ ਠੀਕ ਹੈ ਜੀ ਚੱਲ ਠੀਕ ਹੈ ਠੀਕ ਹੈ ਜੀ ਬਾਹਰ ਮੁੰਡੇ ਹੋਰ ਆਪਣੇ ਆ ਰਹੇ ਨੇ ਰਿਸ਼ਤੇਦਾਰ ਹੋਰ ਆਪੀ ਚੜਦਾ ਮੇਰਾ ਮੂਡ ਠੀਕ ਨੀ ਹੈਗਾ ਮਾੜੇ ਜੀ ਤਾਂ ਕੀ ਗੱਲ ਨਹੀਂ ਨਹੀਂ ਉਹ ਨਾਲ ਤਾਂ ਉਹਦਾ ਮਨ ਖਰਾਬ ਕਰੂ ਮੈਂ ਨਾਲੇ ਮੇਰਾ ਮਨ ਖਰਾਬ ਹੋ ਜਾਊਗਾ ਮੇਰਾ ਮਨ ਖਰਾਬ ਹੈ ਹੋ ਜਾਊਗਾ ਕੋਈ ਨਾ ਉਹ ਸਮਾਨ ਰੱਖ ਲਿਆ ਸਾਰਾ ਸਾਰਾ ਰੱਖ ਲਿਆ ਬਈ ਕਾਗਜ਼ ਪੱਤਰ ਪਾਸਪੋਰਟ ਮਾ ਸਾਰਾ ਕੁਝ ਰੱਖ ਲਿਆ ਕੰਪਲੀਟ ਆਪਣਾ ਦਾ ਕੰਮ ਆ ਵਧੀਆ ਚੰਗਾ ਪੁੱਤ ਆਪਦਾ ਸਮਾਨ ਸਮੂਨ ਰੱਖ ਲਿਆ ਸਾਰਾ ਰੱਖ ਲਿਆ ਮੰਮੀ ਸਾਰਾ ਕੁਝ ਰੱਖ ਲਿਆ ਪਾਸਪੋਰਟ ਪੈਸਾ ਟਕਾ ਸਾਰਾ ਪਾ ਲਿਆ ਇੱਥੇ ਮੈਂ ਚੰਗਾ ਫਿਰ ਆਪਦਾ ਮਨ ਲਾ ਕੇ ਆਪਦਾ ਕੰਮ ਕਰੀ ਜੰਨਾ ਤੇਰਾ ਬਾਪੂ ਕੋਈ ਨਹੀਂ ਤੁਸੀਂ ਜੀ ਲਾ ਲਿਓ ਕਿਤੇ ਉਈ ਉ ਕਰੀ ਜਾਉਂ ਉਰੇ ਨਾ ਅਸੀਂ ਤਾਂ ਜੀ ਲਾ ਕੇ ਰਵਾਂਗੇ ਹੁਣ ਤੈਨੂੰ ਪਤਾ ਦੇਖ ਤੈਨੂੰ ਕਿਹੜੇ ਹਾਲਾਤਾਂ 'ਚ ਭੇਜਿਆ ਬਾਹਰ ਕਿਤੇ ਹੁਣ ਲੋਕਾਂ ਤੋਂ ਹਾਸੀ ਕਰਾ ਦਿਓਗੇ ਨਾ ਹੀ ਨਹੀਂ ਇਹ ਤੇ ਕੋਈ ਗੱਲੇ ਨਹੀਂ ਹੈਗੀ ਇਹੀ ਚੰਗਾ ਫਿਰ ਚੰਗਾ ਫਿਰ ਚੰਗਾ ਮੈਂ ਚੰਗਾ ਤਾਈ ਚੰਗਾ ਪੁੱਤ ਬਸਾ ਦੇਣਾ ਖੁਸ਼ੀ ਖੁਸ਼ੀ ਰਹੀ ਚੰਗਾ ਪੁੱਤ ਖਿਆਲ ਰੱਖੀ ਖਿਆਲ ਰੱਖੀ ਆਪਦਾ ਹਾਂ ਤੁਹਾਨੂੰ ਫੋਨ ਫਾਨ ਕਰਦਾ ਰਹੀ ਆਪਦਾ ਖੁਸ਼ੀ ਖੁਸ਼ੀ ਰਹੀ ਆਪਦਾ ਚੰਗਾ ਤਾਈ ਚੰਗਾ ਪੁੱਤ ਖਿਆਲ ਰੱਖੀ ਹਾਂ ਖਿਆਲ ਰੱਖੀ ਆਪਦਾ ਕੋਈ ਨਾ ਤਾਈ ਮੰਮੀ ਡੈਡੀ ਕਿੱਥੇ ਆ ਅੰਦਰ ਸੇ ਮੈਂ ਜਾ ਕੇ ਆਉਣਾ ਨਾ ਉਹਦੇ ਕੋਲ ਨਾ ਜਾਈ ਤਾਂ ਬਲੱਡ ਜਾਂ ਘਟਾ ਰੱਖਿਆ ਫਿਰ ਜਿਆਦਾ ਬਿਮਾਰ ਹੋ ਜਾਊਗਾ ਕੋਈ ਤੂੰ ਸਮਝਾ ਨਹੀਂ ਫਿਰ ਉਹਨੂੰ ਚੰਗਾ ਲੈ ਪੈਸੇ ਰੱਖ ਲੈ ਤੇਰੇ ਕੰਮ ਆ ਜਾਣਗੇ ਪੈਸੇ ਹੈਗੇ ਤਾਂ ਹੈਗੇ ਸੀ ਮੇਰੇ ਕੋਲ ਕੋਈ ਨਾ ਹੋਰ ਰੱਖ ਲੈ ਤੇਰੇ ਕੰਮ ਆ ਹੋਰ ਲੈ ਜਾ ਚੱਲ ਕੋਈ ਨਹੀਂ ਹਾਂ ਠੀਕ ਹੈ ਮੰਮੀ ਚੰਗਾ ਫਿਰ ਦੂਰੋਂ ਦੇਖਿਆ ਮੈਨੂੰ ਦੇਖ ਕੇ ਉਹਨਾਂ ਦੇ ਕੋਲ ਨਾ ਜਾਈ ਨਾ ਫਿਰ ਨਹੀਂ ਮੈਂ ਜਾਂਦਾ ਉਹ ਮਨ ਖਰਾਬ ਕਰ ਲੂਗਾ ਮੈਨੂੰ ਪਤਾ ਚੰਗਾ ਮਨ ਲਾ ਕੇ ਕੰਮ ਕਰੀ ਬਾਹਰ ਜਾ ਕੇ ਕੋਈ ਨਾ ਕੋਈ ਚੰਗਾ ਜੀ ਚੰਗਾ ਚੱਲ ਠੀਕ ਹੈ ਬਾਈ ਹੈ ਚੰਗਾ ਚੰਗਾ ਬਾਈ ਠੀਕ ਹੈ ਬਾਈ ਠੀਕ ਹੈ ਜੀ ਕੋਈ ਨਾ ਕੋਈ ਨਾ ਜੀ ਆ ਚਲੀ ਚਲੋ ਠੀਕ ਹੈ ਜੀ ਹੈ Thank you.
ਹੋਰ ਪੁੱਤ ਮਾਜਲੇ ਪਾਂਡੇ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂਜੀ ਠੀਕ ਆ ਅੱਛਾ ਮੈਂ ਖਰਾ ਫਾਟੀ ਲਾ ਜਾ ਦੱਸ ਦੇ ਕਿਵੇਂ ਹੈ ਹਾਂਜੀ ਬਿਮਾਰੀ ਆਈ ਉਹਦਾ ਮੰਜੇ ਦੀ ਪਿਆ ਹੈ ਆਹੋ ਹਾਂਜੀ ਇਹ ਜੀ ਕੀ ਬਿਮਾਰੀ ਹੋ ਗਈ ਪਤਾ ਨਹੀਂ ਬਸ ਜਿੱਦਾਂ ਦਾ ਸੁੱਕਾ ਗਿਆ ਉਹਦਾਂ ਦਾ ਹਾਂ ਬਾਈ ਪੁੱਤ ਵਗ ਗਿਆ ਹੋ ਹੀ ਜਾਂਦਾ ਹੈ ਹਾਂ ਹੋ ਜਾਂਦਾ ਹੈ ਬਾਈ ਸੋਚਦਾ ਹੋ ਜਾਂਦੀ ਤਾਂ ਉਹਦੇ ਨਾਲ ਕਦੇ ਲੜ ਲਿਆ ਹਾਂ ਫਿਰ ਹਾਂ ਆਈ ਮਾਂ ਬਾਪੂ ਕਾਉਦਾ ਖੇਡੀ ਰਹੇ ਬੋਲੀ ਜੀ ਹਾਂ ਹੁੰਦੀ ਹੈ ਬਈ ਸੋਚਦਾ ਹੋ ਚੱਲ ਗਾ ਹਰਾ ਚੱਲਣ ਨੂੰ ਹੈ ਨਹੀਂ ਹੈ ਨਹੀਂ ਹਾਂ ਬਿਮਾਰ ਹੋ ਗਿਆ ਹਾਂ ਬਸ ਘਬਰਾ ਜੀ ਗਿਆ ਹਾਂ ਤਾਂ ਹੀ ਤਾਂ ਕਹਿੰਦੇ ਵੀ ਚੱਲ ਬਈ ਉਹਨੂੰ ਵਾਹ ਰੱਬ ਪਾ ਗਿਆ ਲਾ ਵੀ ਜੀ ਮੈਂ ਆਉਣੀ ਹੈ ਪਾ ਹਾਂ ਹਾਂ ਹੋਰ ਰਾਫਾ ਠੀਕ ਹੈ ਤੂੰ ਅੱਛਾ ਮੈਂ ਤਾਂ ਪਤਾ ਲੈਣ ਆਈ ਸੀ ਤੇਰਾ ਹੋਰ ਤਾਂ ਇਹ ਤਾਂ ਉਦੋਂ ਦੇ ਹੀ ਬਿਮਾਰ ਪਿਆ ਹਾਂ ਜਿੱਦੇ ਦਾ ਸੁੱਕਾ ਗਿਆ ਅੱਛਾ ਹਾਂ ਹੋਰ ਵੀ ਹੋ ਜਾਂਦਾ ਦੀ ਪੁੱਤ ਤੋਰ ਕੇ ਤਾਂ ਮੈਂ ਸੋਚਦਾ ਹੋ ਜਾਂਦਾ ਹੋਰ ਬਸ ਮਹੀਨਾ ਕਿ ਠੀਕ ਰਿਹਾ ਹੈ ਉਦੋਂ ਦਾ ਬਸ ਕਦੇ ਖੰਗਣ ਲੱਗ ਜਾਂਦਾ ਚਲ ਕੋ ਨਾ ਰੋਟੀ ਖਾਵੇ ਚੱਜ ਨਾਲ ਲੈ ਦੱਸ ਫਿਰ ਕੀ ਕਦੇ ਦਲੀਆ ਕਦੇ ਖਿਚੜੀ ਬਸ ਕੀ ਬਣੇ ਭਾਈ ਹੋਰ ਹੋ ਜਾ ਚੱਲ ਜਵਾਕ ਕੰਮ ਤੇ ਗਿਆ ਬਾਈ ਹਾਂ ਹੋਰ ਤਾਂ ਇਹ ਤਾਂ ਉਦੋਂ ਦਾ ਬਸ ਸੁੱਕਾ ਸੁੱਕਾ ਕਰੀ ਜਾਂਦਾ ਵੀ ਕਰ ਨਹੀਂ ਤਾਂ ਪੁੱਤ ਹੋਰ ਕੀ ਬਣਾ ਇੱਕ ਜਵਾਕ ਤਾਂ ਉਹੀ ਬਾਹਰ ਭੱਗ ਗਿਆ ਚੱਲ ਟਾਈਮ ਪਾਸ ਤਾਂ ਹੋ ਗਈ ਇਹ ਤਾਂ ਜਾਣ ਨਹੀਂ ਦਿੰਦਾ ਵੀ ਕਹਿ ਮੇਰਾ ਜੀ ਨਹੀਂ ਲੱਗਦਾ ਹੈਗਾ ਮੈਂ ਹੀ ਬਸ ਉਹ ਕਰ ਗਈ ਥੋੜਾ ਜਿਹਾ ਹਾਂ ਵੀ ਚੱਲ ਜਵਾਕ ਦੀ ਜ਼ਿੰਦਗੀ ਬਣ ਜੂਗੀ ਆਓ ਆ ਗਿਆ ਲਾਡੀ ਹਾਂ ਭਾਈ ਬੋਲ ਮਾਰੇ ਦੀ ਉਹ ਤਾਂ ਉਹ ਪੀਣਾ ਧਰ ਕੇ ਆਉਣਾ ਦੇਗਾ ਚੱਕੀ ਚ ਅੱਛਾ ਪੀਣਾ ਧਰ ਐਂ ਕੋਈ ਗੱਲ ਨਹੀਂ ਧਰ ਕੇ ਆਈ ਪੁੱਤ ਹੋਰ ਤਾਂ ਕਿਵੇਂ ਆ ਬਾਹਰ ਅੰਦਰ ਜਾਵੇ ਫਿਰ ਮਨ ਕੁਛ ਹੋਰ ਹੋ ਜਾਂਦਾ ਹੁਣ ਸਾਰਾ ਦਿਨ ਕੱਲੇ ਬੰਦੇ ਨੇ ਪੈਣਾ ਮੈਂ ਦੇਖ ਕੰਮ ਧੰਦਾ ਕਰਨਾ ਲੈ ਉਹ ਲੰਘ ਗਿਆ ਮੁੰਡਾ ਵੇ ਲਾਡੀ ਮੇਰੀ ਗੱਲ ਸੁਣ ਕੇ ਜਾਈ ਲਾਡੀ ਕੱਲ ਨੂੰ ਆਪਾਂ ਤੇਰੇ ਤਾਏ ਨੂੰ ਦਵਾਈ ਦਵਾ ਕੇ ਲਿਆਉਣੀ ਹੈ ਅੱਛਾ ਕੋਈ ਗੱਲ ਨਹੀਂ ਲੈ ਆਵਾਂਗੇ ਫਿਰ ਆ ਜੀ ਚੰਗਾ ਸਨੇਹੀ ਮਿੰਜੇ ਤੇ ਜਮੀ ਡਾਊਨ ਹੋ ਜਾਂਦਾ ਕੋਈ ਨਾ ਮਿੰਜੇ ਚ ਠੀਕ ਹੋ ਜਾਂਦਾ ਹੁਣ ਜਿਆਦਾ ਠੀਕ ਨਹੀਂ ਹੈਗਾ ਬਹੁਤ ਬਿਮਾਰ ਹੋਇਆ ਪਿਆਗਾ ਠੀਕ ਹੈ ਕੱਲ ਨੂੰ ਮਾੜਾ ਮੈਨੂੰ ਬੋਲ ਮਾਰ ਲਈ ਜਾਂਗਾ ਠੀਕ ਹੈ ਅਸੀਂ ਬੋਲ ਬੁਲਾ ਲਾਂਗੇ ਤੈਨੂੰ ਹਾਂ ਠੀਕ ਹੈ ਚੰਗਾ ਫਿਰ ਆ ਜੀ ਟਾਈਮ ਨਾਲ ਹੋਰ ਤਾਂ ਆ ਮੁੰਡੇ ਨੇ ਇੰਨੀ ਮੌਜ ਕਰ ਰੱਖਿਆ ਵਿਚਾਰਾ ਸਾਰੇ ਕੰਮਾਂ ਤੇ ਇਹੀ ਅੱਖ ਹੀ ਲੱਗਦਾ ਹੈਗਾ ਚੱਲ ਵਧੀਆ ਬਾਈ ਇਹ ਸਾਰਾ ਉਹ ਕਹਿੰਦੇ ਭਾਈ ਦਾ ਹੋਰ ਕੀ ਹੈ ਹੋਰ ਵਿਚਾਰੇ ਨੇ ਕਦੇ ਨਹੀਂ ਜਵਾਬ ਦਿੱਤਾ ਜਿੱਦਾਂ ਦਾ ਸੁੱਖਾ ਗਿਆ ਜਾਂਦੇ ਹੋਏ ਸੁੱਖਾ ਗਏ ਹੈ ਤੇ ਮੇਰੇ ਮਾਂ ਬਾਪਾਂ ਦਾ ਖਿਆਲ ਰੱਖਿਆ ਇਹੀ ਸਾਰਾ ਹੋਰ ਚੱਲ ਕੋਈ ਨਾ ਹੋ ਜੂਗਾ ਠੀਕ ਅੱਜ ਕੁਛ ਸਵੇਰ ਕੁਛ ਚੱਲ ਤਾਂ ਹੀ ਤੈਨੂੰ ਮੈਂ ਛੱਡ ਕੇ ਆਉਣੀ ਆ ਸਾਡਾ ਕੁੱਤਾ ਉੱਥੇ ਨਹੀਂ ਪਤਾ ਵੱਢ ਲੇਵੇ ਚੱਲ ਚੱਲ ਭਾਈ ਇਹੀ ਹੁੰਦਾ ਮਾੜਾ ਮੋਟਾ ਅੱਜ ਕੁਛ ਸਵੇਰ ਲਾਡੀ ਬੇ ਲਾਡੀ ਲਾਡੀ ਕਿੱਥੇ ਚੱਕਿਆ ਬੁੱਥੜ ਤੈਨੂੰ ਬਣਾਦਾ ਹੋਣਾ ਭਤੀਜਾ ਨਾਲੇ ਨਾ ਨਾ ਜਾਣਾ ਨੀ ਹੈਗਾ ਭਾਈ ਜਾਣਾ ਨੀ ਹੈਗਾ ਅੰਦਰ
Thank you.